ਸਮਝਾਂਗੇ ਨਹੀਂ ਨਾ ਉਦੋਂ ਤੱਕ ਇੱਕ ਬਹੁਤ ਇਫੈਕਟਿਵ ਤੇ ਬਹੁਤ ਇੱਕ ਸਿਗਨੀਫੀਕੈਂਟ ਲੜਾਈ ਵੀ ਨਹੀਂ ਅਸੀਂ ਲੜ ਸਕਾਂਗੇ ਸੋ ਇਹ ਗੱਲਾਂ ਨੂੰ ਨਾ ਇਸ਼ੂ ਬੇਸ ਤਾਂ ਕਰ ਸਕਦੇ ਹਾਂ ਇਸ਼ੂ ਬੇਸ ਫੋਰ ਟਾਈਮ ਬੀਂਗ ਉਹਨੂੰ ਰੈਲੇਵੈਂਟ ਲੱਗਦੀਆਂ ਸਾਨੂੰ ਵੀ ਅੱਜ ਸੈਨੇਟ ਦੀ ਇਲੈਕਸ਼ਨ ਦਾ ਇਸ਼ੂ ਆ ਤਾਂ ਇਹਦੀ ਗੱਲ ਕਰ ਲਓ ਹਨਾ ਕਿਸਾਨੀ ਸੰਘਰਸ਼ ਦਾ ਇਸ਼ੂ ਆ ਤਾਂ ਉਹਦੀ ਗੱਲ ਕਰ ਲਈਏ ਆਪਾਂ ਪਰ ਜੇ ਅਸੀਂ ਇਕੱਲੇ ਇਸ਼ੂ ਬੇਸ ਗੱਲ ਕਰਦੇ ਰਹੀਏ ਅਸੀਂ ਵੱਡੇ ਮਕਸਦ ਤੇ ਜਾਂ ਵੱਡੀ ਪ੍ਰੋਬਲਮ ਤੇ ਨਾ ਜਾਈਏ ਜਾਂ ਜੜ ਕਿੱਥੇ ਪਈ ਆ ਮਸਲੇ ਦੀ ਉਹਨੂੰ ਨਾ ਸਮਝੀਏ ਫਿਰ ਸਾਡਾ ਕਦੇ ਵੀ ਫੋਨ ਨਹੀਂ ਪੈਣਾ ਲੇਕਿਨ ਦੀਪ ਇਹ ਇੱਕ ਚੀਜ਼ ਹੋਰ ਵੇਖਣ ਨੂੰ ਮਿਲੀ ਹੈ ਕਿ ਕਦੇ ਵੀ ਅਗਰ ਕਿਸੇ ਵੀ ਹੱਕ ਦੀ ਗੱਲ ਆਉਂਦੀ ਹਾਂਜੀ ਕੇਂਦਰ ਨੂੰ ਪੁੱਛੋ ਉਹ ਸਟੇਟ ਗਵਰਨਮੈਂਟ ਨੂੰ ਜ਼ਿੰਮੇਦਾਰ ਠਹਿਰਾਉਂਦਾ ਸਟੇਟ ਗਵਰਨਮੈਂਟ ਨੂੰ ਪੁੱਛੋ ਉਹ ਕੇਂਦਰ ਨੂੰ ਜ਼ਿੰਮੇਦਾਰ ਠਹਿਰਾਉਂਦਾ ਯੂਨੀਵਰਸਿਟੀ ਦੇ ਮਸਲੇ ਤੇ ਵੀ ਇਹੀ ਹੁੰਦਾ ਨਜ਼ਰ ਆ ਰਿਹਾ ਉਹ ਕਹਿੰਦੇ ਨੇ ਕਿ ਦਾਇਰਾ ਇਸ ਕਰਕੇ ਸੀਮਿਤ ਕਰਨ ਦੀ ਲੋੜ ਪੈ ਗਈ ਕਿਉਂਕਿ ਪੰਜਾਬ ਜਿਹੜੀ ਫੰਡ ਮੁਹੱਈਆ ਕਰਾਉਂਦੀ ਸੀ ਯੂਨੀਵਰਸਿਟੀ ਨੂੰ ਉਹ ਫੰਡ ਮੁਹੱਈਆ ਪ੍ਰੋਪਰ ਨਾਲ ਨਹੀਂ ਕਰਾ ਰਹੀ ਨਹੀਂ ਨਹੀਂ ਦੇਖੋ ਤੁਸੀਂ ਇੱਕ ਗੱਲ ਸਮਝੋ ਪੰਜਾਬ ਅੱਜ ਜਿਹੜੀ ਸਟਰਗਲ ਚ ਗੁਜ਼ਰ ਰਿਹਾ ਨਾ ਬਾਈ ਉਹ ਕੋਈ ਇਕਨੋਮੀ ਨਾਲ ਰਿਲੇਟਡ ਤਾਂ ਮਸਲਾ ਹੀ ਨਹੀਂ ਆ ਇਹ ਸਾਨੂੰ ਕਿਸੇ ਹੋਰ ਪਾਸੇ ਨੂੰ ਲੈ ਕੇ ਜਾ ਰਹੇ ਆ ਸਾਡੇ ਮਸਲੇ ਸਾਡੀ ਐਗਜ਼ਿਸਟੈਂਸ ਸਾਡੀ ਹੋਂਦ ਦੇ ਆ ਸਾਡੇ ਮਸਲੇ ਸਾਡੀ ਸੱਭਿਆਚਾਰਕ ਹੋਂਦ ਦੇ ਆ ਸਾਡੇ ਤੇ ਸੱਭਿਆਚਾਰਕ ਹਮਲੇ ਕਰੀ ਜਾਂਦੇ ਆ ਅੱਜ ਸੈਂਟਰ ਹੁਣ ਸੈਂਟਰ ਜੇ ਜ਼ਿੰਮੇਦਾਰ ਠਹਿਰਾਉਂਦਾ ਉਹ ਤਾਂ ਪਾਸਿੰਗ ਔਨ ਦਾ ਬੱਕ ਵਾਲੀ ਗੱਲ ਆ ਇਹ ਸਾਨੂੰ ਪਤਾ ਹਨਾ ਅੰਗਰੇਜ਼ੀ 'ਚ ਕਹਿੰਦੇ ਆ ਵੀ ਪਾਸਿੰਗ ਔਨ ਦਾ ਬੱਕ ਪਰ ਗੱਲ ਕਿੱਥੇ ਆ ਸੈਂਟਰ ਗਵਰਨਮੈਂਟ ਨੇ ਪਾਵਰ ਨੂੰ ਇੰਨਾ ਸੈਂਟਰਲਾਈਜ਼ ਕਰ ਲਿਆ ਅਸੀਂ ਕਿਸਾਨੀ ਸੰਘਰਸ਼ ਵੀ ਦੇਖਿਆ ਸਾਡੇ 117 MLA ਨੇ ਮਤੇ ਪਾਏ ਉਹਨਾਂ ਮਤਿਆਂ ਨੂੰ ਇਸ ਕਰਕੇ ਪਾਇਆ ਗਿਆ ਵੀ ਸੈਂਟਰ ਦਾ ਜਿਹੜਾ ਕਾਨੂੰਨ ਬਣਾਇਆ ਉਹਨੂੰ ਨਿਗੇਟ ਕਰੀਏ ਪਰ ਸੈਂਟਰ ਦੇ ਕਾਨੂੰਨ ਨੂੰ ਨਿਗੇਟ ਕਰ ਸਕੇ ਅਸੀਂ ਨਹੀਂ ਕਰ ਸਕੇ ਕਿਉਂਕਿ ਪਾਵਰ ਹੀ ਕੋਈ ਨਹੀਂ ਆ ਪਾਵਰ ਤਾਂ ਅੱਜ ਜਿਹੜਾ ਸਾਡਾ CM ਆ ਉਹ ਵੀ ਜੰਤਰ ਮੰਤਰ ਜਾ ਕੇ 2 ਘੰਟੇ ਦਾ ਸਿੰਬੋਲਿਕ ਧਰਨਾ ਲਾ ਕੇ ਆਇਆ ਸੋ ਇਹਦਾ ਮਤਲਬ ਉਹਨਾਂ ਕੋਲ ਜਿਵੇਂ ਨਗਰ ਪਾਲਿਕਾ ਦੀ ਇੱਕ ਪਾਵਰ ਹੁੰਦੀ ਹੈ ਨਾ ਜਾਂ ਉਹ ਨਗਰ ਪਾਲਿਕਾ ਦੇ ਪ੍ਰਧਾਨ ਕੋਲ ਜਿੰਨੀ ਕੁ ਪਾਵਰ ਹੁੰਦੀ ਆ ਓਨੀ ਕੁ ਪਾਵਰ ਰਹਿ ਗਈ ਆਪਣੇ ਸਟੇਟ ਦੇ ਸੂਬੇ ਦੇ CM ਕੋਲ ਜਾਂ ਸਾਡੇ ਮਿਨਿਸਟਰਸ ਕੋਲ ਤੁਸੀਂ ਜਿਹੜਾ ਕਹਿੰਦੇ ਸੀ ਵੀ ਇਹ ਹੋਂਦ ਦੀ ਲੜਾਈ ਹੈ ਵੱਧ ਅਧਿਕਾਰਾਂ ਦੀ ਗੱਲ ਆਪਾਂ ਕਰਦੇ ਆ ਫੈਡਰਲ ਢਾਂਚੇ ਦੀ ਹਾਂਜੀ ਕੀ ਜਦੋਂ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਇਹ ਚਰਚਾ ਹੁੰਦੀ ਸੀ ਵੀ ਇੱਥੇ ਸਿਰਫ ਅਸੀਂ ਬਿੱਲ ਵਾਪਸ ਕਰਾਉਣ ਆਏ ਆ ਅੱਜ ਕਿਸਾਨ ਆਗੂ ਵੀ ਪੰਜਾਬ ਆ ਰਹੇ ਆ ਔਰ ਇੱਥੇ ਵੀ ਸ਼ਮੂਲੀਅਤ ਕਰ ਰਹੇ ਆ ਤਾਂ ਕੀ ਇਹ ਉਸੇ ਦਾ ਹਿੱਸਾ ਹੈ ਜਦੋਂ ਯੂਨੀਵਰਸਿਟੀਆਂ ਤੇ ਕਾਬਜ ਹੋਣ ਲੱਗ ਗਈ ਇੱਕ ਵਿਚਾਰਧਾਰਾ ਵੀ ਜਿਹੜੀ ਵੱਧ ਅਧਿਕਾਰਾਂ ਦੀ ਫੈਡਰਲ ਢਾਂਚੇ ਦੀ ਗੱਲ ਕਰਦੇ ਦੇਖੋ ਮੈਂ ਤੁਹਾਨੂੰ ਉਹੀ ਤਾਂ ਗੱਲ ਆਪਾਂ ਕਰ ਰਹੇ ਹਾਂ ਹੁਣੇ ਉਹੀ ਗੱਲ ਕਰਕੇ ਹਟੇ ਆ ਇਹ ਜਿਹੜੀ ਪ੍ਰੋਬਲਮ ਆ ਨਾ ਇਹ ਪ੍ਰੋਬਲਮ ਪੋਲੀਟੀਕਲ ਡਿਜ਼ਾਈਨ ਚੋਂ ਨਿਕਲੀ ਹੋਈ ਹੈ ਪੋਲੀਟੀਕਲ ਡਿਜ਼ਾਈਨ ਕੀ ਆ ਉਹ ਇਹ ਸਮਝੋ ਪਹਿਲਾਂ ਸਟੇਟ ਦਾ ਕ੍ਰਾਫਟ ਸਮਝੋ ਤੁਸੀਂ ਸੈਂਟਰ ਗਵਰਨਮੈਂਟ ਕੰਮ ਕਿਵੇਂ ਕਰ ਰਹੀ ਹੈ 72 ਵਾਰੀ ਕਨਸਟੀਟਿਊਸ਼ਨ 'ਚ ਸੋਧਾਂ ਹੋ ਗਈਆਂ ਜਿਨ੍ਹਾਂ ਨੂੰ ਅਮੈਂਡਮੈਂਟਸ ਕਹਿੰਦੇ ਆ 72 ਵਾਰੀ ਜਦੋਂ ਕਨਸਟੀਟਿਊਸ਼ਨ ਰਚੀ ਗਈ ਸੀ ਨਾ ਉਦੋਂ ਡਾਕਟਰ BR ਅੰਬੇਦਕਰ ਨੇ ਰਚੀ ਉਹਨਾਂ ਨੇ ਕਿਹਾ ਸੀ ਦ ਡੇਟ ਇਜ਼ ਮਿਸਯੂਜ਼ਡ ਆਈ ਵਿਲ ਬੀ ਦ ਫਸਟ ਵਨ ਟੂ ਬਰਨ ਇਟ ਉਹਨਾਂ ਨੇ ਕਿਹਾ ਜਿੱਦਾਂ ਇਹ ਮਿਸਯੂਜ਼ ਹੋਈ ਮੈਂ ਪਹਿਲਾ ਬੰਦਾ ਹੋਊਂਗਾ ਇਹਨੂੰ ਬਰਨ ਕਰਨ ਵਾਸਤੇ 72 ਵਾਰੀ ਕਨਸਟੀਟਿਊਸ਼ਨ 'ਚ ਸੋਧਾਂ ਹੋਈਆਂ ਅਤੇ ਉਹਨਾਂ ਸੋਧਾਂ ਨੂੰ ਤੁਸੀਂ ਕੱਢ ਕੇ ਪੜ੍ਹੋ ਤਾਂ ਸਹੀ ਇੱਕ ਵਾਰੀ ਸਮੇਂ ਸਮੇਂ 'ਤੇ ਜਿਹੜੇ ਜਿਹੜੇ ਮਹਿਕਮੇ ਸਰਕਾਰ ਉਸ 1947 'ਚ ਇਹ ਮਿਥਲਿਆ ਸੀ ਵੀ ਸੂਬਿਆਂ ਕੋਲ ਹੋਣਗੇ ਉਹੀ ਸਾਰੇ ਪਾਵਰ ਸੈਂਟਰਲਾਈਜ਼ ਕਰ ਲਈ ਸਾਰੀ ਪਾਵਰ ਨੂੰ ਸੈਂਟਰਲਾਈਜ਼ ਕਰਤੀ ਪਾਵਰ ਨੂੰ ਵੰਡਣਾ ਜਾਂ ਡਿਸਟ੍ਰੀਬਿਊਸ਼ਨ ਕਰਨੀ ਉਹਦੀ ਜਾਂ ਉਹਨੂੰ ਫੈਡਰਲ ਢਾਂਚੇ ਦੇ ਅਕੋਰਡਿੰਗਲੀ ਥੱਲੇ ਤੱਕ ਡਿਸਟ੍ਰੀਬਿਊਟ ਡੈਮੋਕਰਟਾਈਜੇਸ਼ਨ ਕਰਨੀ ਪਾਵਰ ਦੀ ਉਹ ਤਾਂ ਇਹਨਾਂ ਨੂੰ ਆਉਂਦੀ ਹੋਈ ਨਹੀਂ ਪਾਵਰ ਜੇ ਕਾਂਗਰਸ ਆਵੇ ਤਾਂ ਸੋਨੀਆ ਗਾਂਧੀ ਤੋਂ ਚੱਲਦੀ ਆ ਜੇ BJP ਆਵੇ ਤਾਂ ਮੋਦੀ ਅਤੇ ਅਮਿਤ ਸ਼ਾਹ ਤੋਂ ਚੱਲਦੀ ਆ ਅੱਛਾ ਮੋਦੀ ਰਜੀਮ ਨੇ ਤਾਂ ਇਹ ਕਿੱਸੇ ਹੀ ਖਤਮ ਕਰਤੇ ਨਾ ਉਹ ਤਾਂ ਪ੍ਰੋਡਿਕਟ ਹੀ ਨਹੀਂ ਕਰ ਸਕਦੇ ਇੰਨੇ ਪ੍ਰੋਡਿਕਟੇਬਲ ਹੋਏ ਪਏ ਅਨਪ੍ਰੋਡਿਕਟੇਬਲ ਹੋਏ ਪਏ ਆ ਉਹ ਤਾਂ ਇੰਨੇ ਜ਼ਾਲਮ ਅਤੇ ਨਿਰਦਈ ਹੋਏ ਆ ਵੀ ਪਹਿਲਾਂ ਤਾਂ ਕੋਈ ਨੋਮਨਕਲੇਚਰ ਹੁੰਦਾ ਸੀ ਗਵਰਨਮੈਂਟ ਦਾ ਕੋਈ ਢੰਗ ਤਰੀਕਾ ਹੁੰਦਾ ਸੀ ਵੀ ਸਟੇਟ ਨੂੰ ਚਲਾਉਂਦੇ ਸੀ ਹੁਣ ਤਾਂ ਬਾਈ ਉਹ ਕੁਛ ਵੀ ਕਰ ਸਕਦੇ ਆ ਕਿਸੇ ਇੰਸਟੀਟਿਊਸ਼ਨ ਦਾ ਮੈਨੂੰ ਅੱਜ ਨਾਂ ਦੱਸ ਦਿਓ ਜਿਹੜਾ ਇੰਸਟੀਟਿਊਸ਼ਨ ਨਿਰਪੱਖ ਤੌਰ 'ਤੇ ਕੰਮ ਕਰ ਰਿਹਾ ਹੋਵੇ CBI ਕੰਮ ਕਰ ਰਹੀ ਆ ED ਕੰਮ ਕਰ ਰਹੀ ਆ ਇਲੈਕਸ਼ਨ ਕਮਿਸ਼ਨ ਕੰਮ ਕਰ ਰਿਹਾ ਨਿਰਪੱਖ ਤੌਰ 'ਤੇ ਇੱਥੋਂ ਤੱਕ ਕਿ ਸੁਪਰੀਮ ਕੋਰਟ ਨਿਰਪੱਖ ਕੰਮ ਕਰ ਰਿਹਾ ਕਿਸਾਨੀ ਸੰਘਰਸ਼ 'ਚ ਅਸੀਂ ਦੇਖਿਆ ਨਾ ਮੈਂ ਤੁਹਾਨੂੰ ਉਹਦੀ ਐਗਜ਼ਾਮਪਲ ਦਿੰਦਾ 3 ਨਵੇਂ ਕਾਨੂੰਨ ਬਣੇ ਲੈਜਿਸਲੇਸ਼ਨ ਇਨੈਕਟ ਹੁੰਦੀ ਆ ਸੁਪਰੀਮ ਕੋਰਟ ਦਾ ਦਾਇਰਾ ਕੀ ਆ ਕਨਸਟੀਟਿਊਸ਼ਨ ਕੀ ਕਹਿੰਦੀ ਆ ਸੁਪਰੀਮ ਕੋਰਟ ਨੇ ਇਹ ਦੇਖਣਾ ਵੀ ਉਹ ਕਨਸਟੀਟਿਊਸ਼ਨਲ ਆ ਕਿ ਅਨਕਨਸਟੀਟਿਊਸ਼ਨਲ ਆ ਨਵੇਂ ਕਾਨੂੰਨ ਜੇ ਅਨਕਨਸਟੀਟਿਊਸ਼ਨਲ ਆ ਤਾਂ ਉਹਨਾਂ ਨੂੰ ਸਟ੍ਰੱਕ ਕਰ ਦਿੰਦੇ ਆ ਹਨਾ ਸੁਪਰੀਮ ਕੋਰਟ ਨੇ ਉਸ ਦਾਇਰੇ 'ਚ ਜਾ ਕੇ ਓਪਰੇਟ ਹੀ ਨਹੀਂ ਕੀਤਾ ਸੁਪਰੀਮ ਕੋਰਟ ਨੇ ਬਿਨਾਂ ਇਸ ਗੱਲ ਨੂੰ ਕੰਸਿਡਰ ਕੀਤੇ ਬਿਨਾਂ ਐਨਾਲਾਈਜ਼ ਕੀਤੇ ਬਿਨਾਂ ਇਹਦੇ 'ਤੇ ਬਹਿਸ ਕਰਾਏ ਹਨਾ ਦੋਨੇ ਧਿਰਾਂ ਤੋਂ ਉਹਨਾਂ ਨੂੰ ਸਟੇ ਕਰਤਾ ਅਤੇ ਸੈਂਟਰ ਗਵਰਨਮੈਂਟ ਨੂੰ ਕਹਿਤਾ ਵੀ ਕਮੇਟੀ ਬਣਾਓ ਅਤੇ ਇਹਦੇ 'ਤੇ ਕੋਈ ਨਾ ਕੋਈ ਹੱਲ ਕੱਢੋ ਸੋ ਤੁਸੀਂ ਸਾਡੇ ਤਾਂ ਸਾਹਮਣੇ ਸਭ ਕੁਝ ਨੰਗਾ ਚਿੱਟਾ ਹੋ ਗਿਆ ਯਾਰ ਅਸੀਂ ਪਿਛਲੇ ਸਾਲ ਡੇਢ ਸਾਲ ਦਾ ਦੇਖ ਕੀ ਰਹੇ ਹਾਂ
ਸੋ ਹੁਣ ਦੀ ਜਿਹੜੀ ਅੱਜ ਦੀ ਸੈਂਟਰ ਸਰਕਾਰ ਆ ਨਾ ਉਹਨਾਂ ਨੇ ਤਾਂ ਸਾਰੇ ਜਿਹੜਾ ਨੋਮਨ ਕਲੇਚਰ ਹੀ ਤੋੜਤਾ ਇੱਥੇ। ਹਾਂਜੀ ਠੀਕ ਹੈ ਭਾਈ ਜੀ, ਉਧਰ ਵੇਟ ਕਰ ਰਹੇ ਆ।